वाहिगुरु जी का खालसा वाहिगुरु जी की फतेह। अनमोल विचार चैनल दे विच तुहाडा स्वागत है। सब तो पहला अपने चैनल नू सबसक्राइब कर लो ते जेकर वीडियो वधिया लगेगी ते इस नू लाइक अते शेयर जरूर कर देना। अपनी अज दी वीडियो उन्हां दे लई आ जो कहिंदे ने कि साडियां इच्छावां पूरियां नहीं हुंदियां। असीं पाठ भी करदे आ, सेवा सिमरन करदे आ, पर साडी अरदास पूरी नहीं हुंदी। अज दी वीडियो दे विच जो आपां दसन जा रहे हां, जे इस गल नूं चंगी तरह समझ लिया तां सानूं ਇਹ ਗੱਲ ਸਮਝ ਲੱਗ ਜਾਵੇਗੀ ਕਿ ਸਾਡੇ ਕੋਲੋਂ ਪਾਠ ਕਰਦਿਆਂ ਹੋਇਆਂ ਤੋਂ ਕਿੱਥੇ ਗਲਤੀ ਰਹਿ ਜਾਂਦੀ ਆ ਜਾਂ ਕੀ ਕਮੀ ਰਹਿ ਜਾਂਦੀ ਆ, ਕਿ ਸਾਡੀ ਇੱਛਾ ਅਧੂਰੀ ਰਹਿ ਜਾਂਦੀ ਆ ਜਾਂ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ, ਜਾਂ ਕਹਿ ਲਓ ਕਿ ਸਾਡੀ ਆਵਾਜ਼ ਸਾਡੇ ਵਾਹਿਗੁਰੂ ਜੀ ਤੱਕ ਕਿਉਂ ਨਹੀਂ ਪਹੁੰਚਦੀ। ਤਾਂ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਅਤੇ ਧਿਆਨ ਨਾਲ ਸੁਣਨਾ, ਕਿਉਂਕਿ ਵੀਡੀਓ ਦੇ ਵਿੱਚ ਜੋ ਵੀ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਉਹ ਸਾਖੀਆਂ ਸਾਡੇ ਸਿੱਖ ਇਤਿਹਾਸ ਦੀਆਂ ਸੱਚੀਆਂ ਘਟਨਾਵਾਂ ਨੇ, ਜਿਨ੍ਹਾਂ ਨੂੰ ਸੁਣ ਕੇ ਸਾਡਾ ਭਰੋਸਾ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਹੋਰ ਪੱਕਾ ਹੋ ਜਾਂਦਾ ਹੈ। ਅਤੇ ਇਹਨਾਂ ਸਾਖੀਆਂ ਦੇ ਰਾਹੀਂ ਹੀ ਸਾਨੂੰ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਾਉਣ ਦੀਆਂ ਯੁਗਤੀਆਂ ਮਿਲਦੀਆਂ ਨੇ। ਤੇ ਅੱਜ ਦੀ ਸਾਖੀ ਦੇ ਰਾਹੀਂ ਮੇਰੇ ਪਾਤਸ਼ਾਹ ਦੇ ਇੱਕ ਪਿਆਰੇ ਸਿੱਖ ਦਾ ਭਰੋਸਾ ਅਤੇ ਪਿਆਰ ਵੇਖਣ ਨੂੰ ਮਿਲਦਾ ਹੈ। ਤਾਂ ਇਸ ਕਰਕੇ ਪੂਰੇ ਇਕਾਗਰ ਮਨ ਦੇ ਨਾਲ ਧਿਆਨ ਦੇ ਨਾਲ ਇਸ ਵੀਡੀਓ ਨੂੰ ਸੁਣਨਾ ਅਤੇ ਸਮਝਣਾ, ਕਿਉਂਕਿ ਸਾਡੀਆਂ ਵੀ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਦਾ ਹੱਲ ਇਸੇ ਵੀਡੀਓ ਵਿੱਚ ਆ, ਇਸੇ ਸਾਖੀ ਦੇ ਵਿੱਚ ਆ। ਤੇ ਇਹ ਸਾਖੀ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਆ। ਕਹਿੰਦੇ ਮੇਰੇ ਛੇਵੇਂ ਪਾਤਸ਼ਾਹ ਸਰੀਰ ਦੇ ਬੜੇ ਹੀ ਸਡੋਲ ਸਨ, ਭਾਵ ਕਿ ਉੱਚਾ ਲੰਮਾ ਕੱਦ ਭਾਰਾ ਸਰੀਰ। ਤੇ ਕਹਿੰਦੇ ਪਾਤਸ਼ਾਹ ਜਦੋਂ ਵੀ ਕਿਤੇ ਜਾਂਦੇ ਤਾਂ ਆਪਣੇ ਨਾਲ ਦੋ ਘੋੜੇ ਰੱਖਦੇ ਸਨ, ਕਿਉਂਕਿ ਇੱਕ ਘੋੜਾ ਪਾਤਸ਼ਾਹ ਦੇ ਭਾਰੇ ਸਰੀਰ ਦੇ ਕਾਰਨ ਬਹੁਤੀ ਦੂਰੀ ਤੈਅ ਨਹੀਂ ਸੀ ਕਰ ਸਕਦਾ, ਤਾਂ ਕੁਝ ਸਮੇਂ ਦੇ ਬਾਅਦ ਘੋੜਾ ਬਦਲਣਾ ਪੈਂਦਾ ਸੀ। ਇਸ ਕਰਕੇ ਹਮੇਸ਼ਾ ਦੋ ਘੋੜੇ ਨਾਲ ਰੱਖਦੇ ਅਤੇ ਪਾਤਸ਼ਾਹ ਦੇ ਘੋੜਿਆਂ ਦੀ ਜੋ ਦੇਖ ਰੇਖ ਕਰਦਾ ਸੀ ਸਿੱਖ, ਉਸਦਾ ਆਪਣੇ ਵਾਹਿਗੁਰੂ ਜੀ ਦੇ ਉੱਤੇ ਛੇਵੇਂ ਪਾਤਸ਼ਾਹ ਜੀ ਦੇ ਉੱਤੇ ਅਟੁੱਟ ਪ੍ਰੇਮ ਭਰੋਸਾ ਸੀ। ਇਤਿਹਾਸਕਾਰ ਉਸ ਸਿੱਖ ਦਾ ਨਾਂ ਖਵਾਜਾ ਰੋਸ਼ਨ ਲਿਖਦੇ ਨੇ। ਤੇ ਕਹਿੰਦੇ ਇੱਕ ਦਿਨ ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਕਿਸੇ ਕੰਮ ਦੇ ਲਈ ਕਿਤੇ ਜਾ ਰਹੇ ਸਨ, ਘੋੜੇ ਮੰਗਵਾਏ ਗਏ। ਪਾਤਸ਼ਾਹ ਘੋੜੇ ਦੇ ਉੱਤੇ ਸਵਾਰੀ ਕਰਕੇ ਕੁਝ ਸਿੱਖਾਂ ਦੇ ਨਾਲ ਜਦੋਂ ਆਪਦੇ ਕੰਮ ਦੇ ਲਈ ਰਵਾਨਾ ਹੋਏ ਤਾਂ ਪਿੱਛੋਂ ਘੋੜਿਆਂ ਦੀ ਦੇਖ ਰੇਖ ਕਰਨ ਵਾਲੇ ਸਿੱਖ ਨੂੰ ਕਿਸੇ ਹੋਰ ਸਿੱਖ ਨੇ ਮਜ਼ਾਕ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਪਾਤਸ਼ਾਹ 2 ਮਹੀਨਿਆਂ ਦੇ ਲਈ ਬਾਹਰ ਜਾ ਰਹੇ ਨੇ। ਤੇ ਕਹਿੰਦੇ ਹੁਣ ਉਹ ਪਿਆਰ ਵਿੱਚ ਭੱਜਾ ਸਿੱਖ ਜੋ ਹਰ ਵੇਲੇ ਪਾਤਸ਼ਾਹ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਸੀ, ਜਦੋਂ ਉਸਨੇ ਇਹ ਗੱਲ ਸੁਣੀ ਤਾਂ ਕਹਿੰਦੇ ਉਹ ਨੰਗੇ ਪੈਰੀ ਪਾਤਸ਼ਾਹ ਦੇ ਪਿੱਛੇ ਦੌੜ ਪਿਆ। ਪਾਤਸ਼ਾਹ ਘੋੜੇ ਦੇ ਉੱਤੇ ਸਨ, ਕਾਫੀ ਅੱਗੇ ਨਿਕਲ ਗਏ, ਪਰ ਕਹਿੰਦੇ ਇਹ ਪਿਆਰ ਵਿੱਚ ਭਿੱਜਾ ਸਿੱਖ ਮੇਰੇ ਛੇਵੇਂ ਪਾਤਸ਼ਾਹ ਦੇ ਮੰਗਰ ਨੰਗੇ ਪੈਰ ਦੌੜਦਾ ਜਾ ਰਿਹਾ ਸੀ। ਤੇ ਕਹਿੰਦੇ ਮੇਰੇ ਅੰਤਰ ਜਾਮੀ ਛੇਵੇਂ ਪਾਤਸ਼ਾਹ ਨੇ ਅਚਾਨਕ ਘੋੜਾ ਰੋਕ ਕੇ ਜਦ ਪਿੱਛੇ ਦੇਖਿਆ ਤੇ ਲਹੂ ਲੁਹਾਨ ਕੀਤੇ ਪੈਰ ਖਵਾਜਾ ਰੋਸ਼ਨ ਸਾਹੋ ਸਾਹੀ ਹੋ ਕੇ ਪਾਤਸ਼ਾਹ ਦੇ ਅੱਗੇ ਖੜ ਗਿਆ। ਜਦ ਪਾਤਸ਼ਾਹ ਨੇ ਕਾਰਨ ਪੁੱਛਿਆ ਕਿ ਕੀ ਗੱਲ ਕਿ ਤੂੰ ਇੰਨਾ ਸਾਹੋ ਸਾਈ ਸਾਡੇ ਮਗਰ ਕਿਉਂ ਭੱਜ ਰਿਹਾ ਹੈ, ਤਾਂ ਅੱਗੋ ਜਵਾਬ ਸੁਣ ਕੇ ਮੇਰੇ ਪਾਤਸ਼ਾਹ ਹੈਰਾਨ ਹੋ ਗਏ। ਉਹ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਪਿਆਰਾ ਸਿੱਖ ਪਾਤਸ਼ਾਹ ਨੂੰ ਕਹਿਣ ਲੱਗਾ ਕਿ ਪਾਤਸ਼ਾਹ ਮੈਨੂੰ ਕਿਸੇ ਸਿੱਖ ਨੇ ਕਿਹਾ ਹੈ ਕਿ ਤੁਸੀਂ 2 ਮਹੀਨੇ ਦੇ ਲਈ ਕਿਤੇ ਬਾਹਰ ਜਾ ਰਹੇ ਹੋ, ਅਤੇ ਮੈਂ ਪੁੱਛਣ ਆਇਆ ਹਾਂ ਕਿ ਪਾਤਸ਼ਾਹ ਮੈਨੂੰ ਤੁਹਾਡੇ ਦਰਸ਼ਨ ਕਿੰਜ ਹੋਣਗੇ, ਕਿਉਂਕਿ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਤੇ ਕਹਿੰਦੇ ਆਪਣੇ ਸਿੱਖ ਦੇ ਮੂੰਹੋਂ ਇਹ ਗੱਲ ਸੁਣ ਕੇ, ਆਪਣੇ ਸਿੱਖ ਦੇ ਹਿਰਦੇ ਵਿੱਚ ਆਪਣੇ ਪ੍ਰਤੀ ਇੰਨਾ ਪਿਆਰ ਵੇਖ ਕੇ ਮੇਰੇ ਛੇਵੇਂ ਪਾਤਸ਼ਾਹ ਵੀ ਪਿਆਰ ਵਿੱਚ ਭਿੱਜ ਗਏ। ਤੇ ਪਾਤਸ਼ਾਹ ਕਹਿਣ ਲੱਗੇ ਕਿ ਜਾਂ ਤਾਂ ਤੇਰੇ ਨਾਲ ਕਿਸੇ ਨੇ ਮਜ਼ਾਕ ਕੀਤਾ ਹੈ, ਅਤੇ ਜਾਂ ਫਿਰ ਤੈਨੂੰ ਕੋਈ ਭੁਲੇਖਾ ਪੈ ਗਿਆ ਹੈ ਕਿ ਅਸੀਂ 2 ਮਹੀਨੇ ਦੇ ਲਈ ਬਾਹਰ ਨਹੀਂ ਜਾ ਰਹੇ। ਅਸੀਂ ਤਾਂ ਕੁਝ ਸਮੇਂ ਦੇ ਲਈ ਬਾਹਰ ਜਾ ਰਹੇ ਸੀ ਅਤੇ ਥੋੜੇ ਸਮੇਂ ਬਾਅਦ ਵਾਪਸ ਆ ਜਾਣਾ ਸੀ, ਪਰ ਪਾਤਸ਼ਾਹ ਕਹਿਣ ਲੱਗੇ ਕਿ ਤੇਰਾ ਪਿਆਰ ਵੇਖ ਕੇ ਅੱਜ ਤੈਨੂੰ ਉਹ ਦਾਤ ਦੇਣ ਲੱਗੇ ਆ ਕਿ ਅਸੀਂ ਤੇਰੇ ਤੋਂ ਕਦੇ ਵੀ ਵਿਛੜਾਂਗੇ ਨਹੀਂ। ਅਤੇ ਪਾਤਸ਼ਾਹ ਨੇ ਮੂੰਹੋਂ ਬਚਨ ਕੀਤੇ ਕਿ ਗੁਰੂ ਤੇਰੇ ਅੰਗ ਸਨ। ਕਹਿੰਦੇ ਇਹ ਬਚਨ ਪਾਤਸ਼ਾਹ ਦੇ ਮੂੰਹੋਂ ਨਿਕਲਣ ਦੀ ਦੇਰ ਸੀ, ਉਸ ਖਵਾਜਾ ਰੋਸ਼ਨ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਜਿਸ ਦਾਤ ਨੂੰ ਪ੍ਰਾਪਤ ਕਰਨ ਦੇ ਲਈ ਵੱਡੇ ਵੱਡੇ ਜੋਗੀ ਕਈ ਸਾਲਾਂ ਸਾਲ ਤਪੱਸਿਆ ਕਰਦੇ ਨੇ,
जन्म जन्म लग जाते ने ब्रह्म ज्ञान प्राप्त करने के लिए, ये दात प्राप्त करने के लिए, पर जिस उत्ते मेरे गुरु की मेहर हो जाती है वो एक पल नहीं लगते। जो पातशाह मेहरबान होंगे ने तो कोई भी जात पात रंग रूप अमीर गरीब नहीं देखते, वो तो अपने सिख के हिरदे का प्रेम प्यार देखते ने, अपने सिख का अपने प्रति भरोसा वेखते ने, उस प्रेम के भरोसे देख के उस सिख की झोली दाता दे नाल भर देंगे ने। ते सानू भी इस साखी तो दो सिख्यावां मिलदियां ने, एक तो यह कि साडा गुरु नाल कीता होया प्यार कदे भी वेथा नहीं जांदा, साडा गुरु दे उत्ते कीता भरोसा कदे भी सानू निराश नहीं करता। प्यार ते भरोसे दा फल मेरे वाहेगुरु जी एक ना एक दिन जरूर दिंदे ने, भाव कि जो भरोसा रख के वाहेगुरु जी दा नाम जपदे ने, उन्हां दे दसे होए मार्ग ते चलदे ने, मेरे पातशाह उन्हां दीआं झोलियां हमेशा भरदे ने। ਅਤੇ ਦੂਸਰੀ ਸਿੱਖਿਆ ਇਹ ਵੀ ਮਿਲਦੀ ਆ ਕਿ ਕਈ ਵਾਰ ਸਾਡੀ ਕੀਤੀ ਹੋਈ ਬੰਦਗੀ, ਸਾਡਾ ਕੀਤਾ ਹੋਇਆ, ਸਾਡਾ ਜਪਿਆ ਹੋਇਆ ਨਾਮ ਉਹਨਾਂ ਕੰਮ ਨਹੀਂ ਕਰਦਾ ਜਿੰਨਾ ਕਿਸੇ ਦਾ ਮਾਰਿਆ ਹੋਇਆ ਮਿਹਣਾ ਜਾਂ ਕਿਸੇ ਦਾ ਉਡਾਇਆ ਹੋਇਆ ਮਖੌਲ ਕੰਮ ਕਰ ਜਾਂਦਾ ਹੈ। ਤਾਂ ਇਸ ਕਰਕੇ ਜੇਕਰ ਤੁਹਾਡਾ ਵੀ ਕਦੇ ਕੋਈ ਕਿਸੇ ਵੀ ਕੰਮ ਨੂੰ ਲੈ ਕੇ ਮਖੌਲ ਉਡਾਵੇ, ਕੋਈ ਮਿਹਣਾ ਮਾਰੇ, ਤਾਂ ਕਦੇ ਵੀ ਗੁੱਸਾ ਨਾ ਕਰਿਆ ਕਰੋ, ਬਸ ਆਪਣੇ ਵਾਹਿਗੁਰੂ ਜੀ ਦੇ ਉੱਤੇ ਪ੍ਰੇਮ ਤੇ ਭਰੋਸਾ ਰੱਖਿਆ ਕਰੋ। ਤਾਂ ਮੇਰੇ ਵਾਹਿਗੁਰੂ ਜੀ ਹਰੇਕ ਦਾਤ ਝੋਲੀ ਦੇ ਵਿੱਚ ਪਾ ਦਿੰਦੇ ਨੇ, ਪਰ ਆਪਾਂ ਕੀ ਕਰਦੇ ਹਾਂ, ਸਾਨੂੰ ਉਸ ਵਾਹਿਗੁਰੂ ਅਕਾਲ ਪੁਰਖ ਜੀ ਤੇ ਭਰੋਸਾ ਨਹੀਂ ਆ, ਅਸੀਂ ਤਾਂ ਆਪਣੀਆਂ ਚੁਸਤ ਚਲਾਕੀਆਂ ਤੇ ਭਰੋਸਾ ਕਰਦੇ ਹਾਂ, ਅਸੀਂ ਉਹਨਾਂ ਲੋਕਾਂ ਤੇ ਭਰੋਸਾ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਸਿਰਫ ਤੇ ਸਿਰਫ ਦੁੱਖ ਪਰੇਸ਼ਾਨੀਆਂ ਮਿਲਦੀਆਂ ਨੇ। ਪਰ ਜਿਸ ਦਿਨ ਵੀ ਆਪਾਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਭਰੋਸਾ ਕਰਨ ਲੱਗ ਗਏ, ਵਾਹਿਗੁਰੂ ਜੀ ਦੇ ਨਾਲ ਪੱਕਾ ਪਿਆਰ ਪੈ ਗਿਆ, ਤਾਂ ਦੇਖਣਾ ਕਿਸੇ ਵੀ ਕੰਮ ਦਾ ਫਿਕਰ ਸਾਨੂੰ ਨਹੀਂ ਰਹਿਣਾ, ਸਾਡੇ ਫਿਕਰ ਮੇਰੇ ਵਾਹਿਗੁਰੂ ਜੀ ਨੂੰ ਹੋ ਜਾਣਗੇ। ਤੇ ਬਸ ਅੱਜ ਤੋਂ ਆਪਾਂ ਵੀ ਕੀ ਕਰਨਾ ਹੈ, ਭਰੋਸੇ ਅਤੇ ਪਿਆਰ ਦੇ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਣਾ ਹੈ। ਵਾਹਿਗੁਰੂ ਸਾਡੇ ਹਮੇਸ਼ਾ ਅੰਗ ਸੰਗ ਨੇ, ਪਾਤਸ਼ਾਹ ਕਹਿੰਦੇ ਮੈਂ ਹਮੇਸ਼ਾ ਹੀ ਤੇਰੇ ਅੰਗ ਸੰਗ ਰਹਿਣਾ, ਬਸ ਤੂੰ ਮੈਨੂੰ ਪਛਾਣਦਾ ਨਹੀਂ। ਤੇ ਪਛਾਣਦੇ ਕੌਣ ਨੇ, ਆਪਾਂ ਨੂੰ ਪਤਾ ਨਾ ਪਛਾਣ ਕਿਸ ਦੀ ਹੁੰਦੀ ਆ, ਜਿਸ ਨਾਲ ਆਪਣੀ ਗੱਲ ਬਾਤ ਹੁੰਦੀ ਆ, ਜਿਸ ਨੂੰ ਆਪਾਂ ਸੁਣਦੇ ਰਹਿੰਦੇ ਆ, ਜਿਸ ਨੂੰ ਆਪਾਂ ਦੇਖਦੇ ਰਹਿੰਦੇ ਆ, ਉਹ ਚਾਹੇ ਹਜ਼ਾਰਾਂ ਦੀ ਭੀੜ ਵਿੱਚ ਵੀ ਹੋਵੇ, ਤਾਂ ਆਪਾਂ ਉਸਨੂੰ ਦੂਰੋਂ ਦੇਖ ਕੇ ਪਛਾਣ ਲੈਂਦੇ ਆ ਕਿ ਇਹ ਮੇਰਾ ਆਪਣਾ ਹੈ, ਮੇਰੀ ਇਸ ਨਾਲ ਜਾਣ ਪਛਾਣ ਹੈ। ਪਰ ਜਿਸ ਦਾ ਆਪਾਂ ਸਿਰਫ ਨਾਮ ਸੁਣਿਆ ਹੋਵੇ, ਨਾ ਕਦੀ ਉਸਦੀ ਆਵਾਜ਼ ਸੁਣੀ, ਨਾ ਕਦੀ ਉਸਨੂੰ ਦੇਖਿਆ, ਨਾ ਕਦੀ ਉਸ ਨਾਲ ਗੱਲਬਾਤ ਕੀਤੀ, ਤਾਂ ਉਹ ਚਾਹੇ ਆਪਣੇ ਕੋਲ ਵੀ ਖੜਾ ਰਵੇ ਆਪਾਂ ਨੂੰ ਪਤਾ ਨਹੀਂ ਲੱਗੇਗਾ। ਇਸ ਲਈ ਪਛਾਣ ਦੇ ਲਈ ਪਹਿਲਾਂ ਜਾਣ ਪਛਾਣ ਕਰਨੀ ਪੈਂਦੀ ਆ, ਤਾਂ ਹੀ ਪਛਾਣਿਆ ਜਾਂਦਾ ਹੈ, ਸੁਣਨਾ ਪੈਂਦਾ ਹੈ, ਦੇਖਣਾ ਪੈਂਦਾ ਹੈ। ਤੇ ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਜੀ ਵੀ ਸਾਡੇ ਹਮੇਸ਼ਾ ਅੰਗ ਸੰਗ ਨੇ, ਬਸ ਆਪਾਂ ਹੀ ਉਹਨਾਂ ਨੂੰ ਪਛਾਣ ਨਹੀਂ ਪਾਉਂਦੇ। ਅਸੀਂ ਆਪਣੀਆਂ ਚੁਸਤ ਚਲਾਕੀਆਂ ਨੂੰ ਅੱਗੇ ਰੱਖਦੇ ਹਾਂ, ਆਪਣੀਆਂ ਚਤੁਰਾਈਆਂ ਨੂੰ ਅੱਗੇ ਰੱਖਦੇ ਹਾਂ, ਪਰ ਜਿਸ ਦਿਨ ਵੀ ਆਪਾਂ ਆਪਣੀਆਂ ਚੁਸਤ ਚਲਾਕੀਆਂ ਤੇ ਚਤੁਰਾਈਆਂ ਨੂੰ ਪਿੱਛੇ ਰੱਖ ਕੇ, ਆਪਣੀ ਮੈਂ ਨੂੰ ਪਿੱਛੇ ਰੱਖ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਪ੍ਰੇਮ ਤੇ ਭਰੋਸਾ ਪੱਕਾ ਕਰ ਲਵਾਂਗੇ, ਇਹ ਗੱਲ ਸਮਝ ਜਾਵਾਂਗੇ ਕਿ ਸਭ ਕੁਛ ਮੇਰੇ ਮਾਲਕ ਦੇ ਹੱਥ ਵਿੱਚ ਆ, ਸਾਡੇ ਹੱਥ ਵਿੱਚ ਕੁਝ ਵੀ ਨਹੀਂ, ਤਾਂ ਦੇਖਣਾ ਉਸ ਦਿਨ ਤੋਂ ਬਾਅਦ ਕਦੇ ਵੀ ਸਾਡੇ ਨਾਲ ਕੁਝ ਗਲਤ ਹੋ ਹੀ ਨਹੀਂ ਸਕਦਾ। ਪਰ ਜਿੰਨੀ ਦੇਰ ਤੱਕ ਆਪਾਂ ਆਪਣੀਆਂ ਫਿਕਰਾਂ ਆਪ ਕਰਦੇ ਹਾਂ, ਓਨੀ ਦੇਰ ਤੱਕ ਹੀ ਦੁਖੀ ਹਾਂ। ਜਿਸ ਦਿਨ ਆਪਣਾ ਫਿਕਰ, ਆਪਣੀਆਂ ਚਿੰਤਾਵਾਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਦੇ ਦਿੱਤੀਆਂ, ਭਾਵ ਕਿ ਆਪਣਾ ਭਰੋਸਾ ਤੇ ਪਿਆਰ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਪੱਕਾ ਕਰ ਲਿਆ, ਇਸ ਗੱਲ ਨੂੰ ਸਮਝ ਲਿਆ ਕਿ ਕਰਨ ਕਰਾਉਣ ਵਾਲੇ ਮੇਰੇ ਪਾਤਸ਼ਾਹ ਨੇ ਮੇਰੀ ਕੀਤੀ ਹੋਈ ਫਿਕਰ, ਮੇਰੀ ਕੀਤੀ ਹੋਈ ਚਿੰਤਾ ਵਿਅਰਥ ਆ, ਉਸ ਦਿਨ ਸਭ ਕੁਛ ਠੀਕ ਹੋ ਜਾਵੇਗਾ, ਜ਼ਿੰਦਗੀ ਦੇ ਸਾਰੇ ਦੁੱਖ ਨਿਰਾਸ਼ਾ ਮੁੱਕ ਜਾਣਗੀਆਂ। ਜੋ ਵੀ ਤੁਹਾਡੇ ਮਨ ਦੀ ਇੱਛਾ ਹੋਵੇਗੀ, ਜੋ ਵੀ ਪਾਉਣਾ ਚਾਹੋਗੇ, ਉਹ ਮੇਰੇ ਵਾਹਿਗੁਰੂ ਜੀ ਦਾਤ ਤੁਹਾਡੀ ਝੋਲੀ ਦੇ ਵਿੱਚ ਆਪ ਪਾ ਦੇਣਗੇ, ਕਿਉਂਕਿ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਭਰੋਸਾ ਕਰਨ ਵਾਲੇ, ਪਿਆਰ ਕਰਨ ਵਾਲੇ ਸਿੱਖਾਂ ਦੀ ਬਾਂਹ ਮੇਰੇ ਸਤਿਗੁਰੂ ਆਪ ਆ ਕੇ ਫੜਦੇ ਨੇ।